ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੇਰੇ ਖਿਆਲ ਦੇ ਨਾਲ 250 ਦੇ ਕਰੀਬ ਆ। ਕੁਛ ਕੰਪਨੀਆਂ ਦਾ ਵਾਧਿਆ, ਕੁਛ ਕੰਪਨੀਆਂ ਦਾ ਘਟਿਆ। ਹੁਣ ਹੋਇਆ ਕੀ ਆ, ਨਲਾਇਕੀ ਜਿਹੜੀ ਹੁਣ ਸਾਹਮਣੇ ਆ ਰਹੀ ਆ, ਨਲਾਇਕੀ ਕਹਿ ਲਓ ਜਾਂ ਮੇਰੇ ਖਿਆਲ ਦੇ ਨਾਲ ਮੇਰੀ ਤਾਂ ਦ੍ਰਿਸ਼ਟੀ ਦੇ ਮੁਤਾਬਕ ਹੇਰਾ ਫੇਰੀ ਆ, ਕਿਉਂਕਿ ਸਰਕਾਰ ਦੇ ਕੋਲ ਉੱਥੇ ਬੰਦਰਗਾਹਾਂ ਤੇ ਜਿਹੜਾ ਇੰਪੋਰਟ ਕੀਤਾ, ਕਿਉਂਕਿ ਸਾਡੀ ਲਾਗਤ ਬਹੁਤ ਆ, ਬਹੁਤ ਜ਼ਿਆਦਾ ਲਾਗਤ ਆ ਸਾਡੀ, ਤੇ ਉਹਦੇ ਕਰਕੇ ਸਾਨੂੰ ਜਿਹੜਾ ਤੇਲ ਇਸ ਤਰ੍ਹਾਂ ਦਾ ਆ, ਪਾਮ ਆਇਲ ਆ ਜਾਂ ਕੁਛ ਹੋਰ ਆ, ਉਹ ਇੰਪੋਰਟ ਕਰਨਾ ਪੈਂਦਾ ਵਾ। ਤਾਂ ਜਦ ਹੁਣ ਇੰਪੋਰਟ ਕੀਤਾ ਜਾ ਰਿਹਾ ਤਾਂ ਉਹ ਕੁਛ ਪੋਰਟਸ ਤੇ ਹੀ ਖਲੋਤਾ ਵਾ। ਇੰਨਾ ਤੇਲ ਹੈ, ਇੰਨਾ ਤੇਲ ਆ ਕਿ ਜੇ ਪੂਰਾ ਇੰਡੀਆ ਤੜਕਾ ਲਾਵੇ ਤਾਂ 15 ਦਿਨ ਤੜਕਾ ਲਾਈ ਜਾਊਗਾ ਉਸ ਤੇਲ ਦੇ ਨਾਲ, ਪਰ ਇਹ ਕਲੀਅਰੈਂਸ ਨਹੀਂ ਦੇ ਰਹੇ। ਜਿਵੇਂ ਆਪਾਂ ਗੱਲ ਕੀਤੀ ਸੀਗੀ ਇੱਕ ਦਿਨ ਕਿ ਕਿਸ ਤਰੀਕੇ ਨਾਲ ਰਾਹਤ ਸਮੱਗਰੀ ਆਈ, ਤਾਂ ਇਹਨਾਂ ਦੀ ਜਿਹੜੀ ਨਿਯਮਾਵਲੀ ਹੁੰਦੀ ਆ, ਜਿਹੜਾ ਕਾਇਦਾ ਬਣਾਉਣਾ ਹੁੰਦਾ ਡਿਸਟ੍ਰੀਬਿਊਸ਼ਨ ਦਾ, ਉਹ ਹੀ ਨਹੀਂ ਬਣਿਆ 10 ਦਿਨ। ਤਾਂ ਇਸੇ ਤਰ੍ਹਾਂ ਪਿਛਲੇ ਮੈਂ ਕਹਿੰਦਾ ਕਿ ਕਈ ਦਿਨ ਤੋਂ ਖੜਾ, ਇੱਕ ਤਾਂ ਅਡਾਨੀਆਂ ਦਾ ਪੋਰਟ ਆ, ਇੱਕ ਕੋਈ ਹੋਰ ਪੋਰਟ ਆ, ਇੰਨਾ ਤੇਲ ਆ ਕੇ ਜਮ੍ਹਾਂ ਹੋਇਆ ਪਿਆ ਵਾ ਕਿ ਜੇ ਉਹ ਇੰਡੀਆ ਚ ਆਉਂਦਾ ਆ ਤਾਂ ਤਕਰੀਬਨ 15 ਦਿਨ ਤੜਕਾ ਲੱਗੇਗਾ, ਔਰ ਜਿਹੜੀਆਂ ਅਸਮਾਨ ਨੂੰ ਅੰਬਰ ਨੂੰ ਛੂਹਦੀਆਂ ਨੇ ਕੀਮਤਾਂ ਉਹ ਥੱਲੇ ਆ ਜਾਣਗੀਆਂ। ਪਰ ਕਿਉਂ, ਮੈਂ ਤੁਹਾਨੂੰ ਦੱਸ ਦਿੱਤਾ ਕਿ ਜਾਂ ਤਾਂ ਨਲਾਇਕੀ ਹੈ ਤੇ ਜਾਂ ਬਹੁਤ ਵੱਡੀ ਏਰਾ ਫੇਰੀ ਹੈ ਕਿ ਕੰਮ ਚੱਲਣ ਦਿਓ, 4 ਦਿਨ ਹੋਰ ਕਮਾਈ ਕਰਨ ਦਿਓ। ਜਿਵੇਂ ਤੁਸੀਂ ਤੇਲ ਦੀਆਂ ਕੀਮਤਾਂ ਦੀ, ਮੈਂ ਤੁਹਾਨੂੰ ਦੱਸਿਆ ਸੀ ਨਾ ਤੇਲ ਕਾ ਖੇਲ ਕਿ 5 ਰੁਪਏ ਘੱਟੋ ਘੱਟ ਤੇਲ ਵਧੇਗਾ, ਦੇਖ ਲਓ ਕਿੰਨੇ ਦਿਨ ਹੋ ਗਏ ਤੇਲ ਵਧੀ ਜਾਂਦਾ। ਔਰ ਕਮਾਲ ਦੀ ਗੱਲ ਹੈ ਕਿ ਇੰਡੀਅਨ ਲੋਕ ਕੋਰੋਨਾ ਚ ਇੰਨਾ ਉਲਝੇ ਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ 71 ਤੋਂ $67 ਆ ਗਈ ਕੱਚੇ ਤੇਲ ਦੀ ਕੀਮਤ। ਕੱਚਾ ਤੇਲ ਟੁੱਟ ਗਿਆ, ਜਦਕਿ ਇੱਥੇ ਡੇਲੀ ਰੈਗੂਲਰ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ। ਇਹਨੂੰ ਕਹਿੰਦੇ ਕਾਰਪੋਰੇਟ ਜਗਤ। ਇਹ ਦੇਸ਼ ਦੀ ਤਰੱਕੀ ਜੈਸਾ ਪੈ ਰਿਹਾ ਨਾ, ਮਤਲਬ ਭਾਜਪਾ ਦੇ ਜਿਹੜੇ ਬੁਲਾਰੇ ਨੇ ਉਹ ਕਹਿੰਦੇ ਜਦੋਂ ਤੇਲ ਦੀਆਂ ਕੀਮਤਾਂ ਵੱਧਦੀਆਂ ਦੇਸ਼ ਜਿਹੜੀ ਆ ਉਹ ਤਰੱਕੀ ਵਾਲੇ ਪਾਸੇ ਨੂੰ ਜਾਂਦਾ, ਸਰਕਾਰ ਉੱਥੋਂ ਪੈਸਾ ਕਮਾ ਕੇ ਦੇਸ਼ ਦੇ ਹਿੱਤ ਵਿੱਚ ਖਰਚਦੀ ਹੈ, ਅਤੇ ਜਦੋਂ ਆਪੋਜੀਸ਼ਨ 'ਚ ਹੁੰਦੇ ਨੇ ਉਦੋਂ ਇਹਨਾਂ ਨੂੰ ਰੜਕਦਾ ਤੇਲ ਦੀਆਂ ਕੀਮਤਾਂ ਵਧਣਾ। ਕਿਆ ਬਾਤ ਹੈ। ਨਕਲੀ ਪੀ ਕੇ ਪੂਰਾ ਉਸਤਾਦ ਨਿਕਲਿਆ ਵੀ ਪੂਰਾ 100% ਇਹਦੇ ਬਾਰੇ ਚਾਨਣਾ ਪਾ ਲਈਏ ਥੋੜ੍ਹਾ ਜਿਹਾ, ਫਿਰ ਆਪਾਂ ਕਾਂਗਰਸ ਦੇ ਕਾਟੋ ਕਲੇਸ਼ ਦੀ ਗੱਲ ਕਰਨੀ ਹੈ। ਹਾਂਜੀ, ਦੇਖੋ ਨਕਲੀ ਪੀ ਕੇ ਤਾਂ ਵਾਕਈ ਅਸਲੀ ਉਸਤਾਦ ਨਿਕਲਿਆ, ਇਹਨਾਂ ਬਾਰੇ ਨਾ ਬੜੇ ਖੁਲਾਸੇ ਹੁੰਦੇ ਆ। ਇਹ 2-3 ਜਣੇ ਫੜੇ, ਇੱਕ ਇਹਨਾਂ ਦਾ ਬੰਦਾ ਜਿਹੜਾ ਆ ਉਹ ਹਾਲੇ ਕਹਿ ਲਓ ਕਿ ਸ਼ਿਕੰਜੇ ਚ ਨਹੀਂ ਆਇਆ, ਉਹ ਦੇਖੋ ਕਿਸ ਤਰ੍ਹਾਂ ਦਾ ਨਿਕਲਦਾ ਜੀ। ਤੇ ਬੰਦੇ ਇਹਨਾਂ ਚੋਂ 1-8 ਫੜਿਆ ਵਾ, ਦੂਜਾ 1/4 ਚ ਰਹਿ ਗਿਆ ਮੇਰੇ ਵਾਂਗੂ, ਤੇ ਦੂਜਾ ਇੱਕ ਹੋਰ ਜਿਹੜਾ ਸਾਥੀ ਉਹ ਵੀ ਬਸ 4th ਕੋਈ ਕਰ ਸਕਿਆ, 4th ਦੇ ਸਕੂਲ ਵਾਲਾ ਬੇਲੀ ਚੇਤੇ ਆਵੇਗਾ, ਕਿ ਹੋ ਸਕਦਾ 4th ਦੇ ਸਕੂਲ ਵਾਲੇ ਬੇਲੀ ਚੇਤੇ। ਤਾਂ ਇਹ ਬੰਦੇ ਜਿਹੜੇ ਆ ਉਹ ਕਹਿੰਦੇ ਕਿ 5 ਕਰੋੜ ਰੁਪਈਆ ਤੱਕ ਠੱਗ ਚੁੱਕੇ ਸੀਗੇ। ਇਹ ਨਵੀਂ ਗੱਲ ਤੁਹਾਨੂੰ ਮਿਲ ਰਹੀ ਹੈ, ਬਹੁਤ ਵੱਡੇ ਖੁਲਾਸੇ ਹੋ ਰਹੇ। ਹਾਲਾਂਕਿ ਕਿਉਂਕਿ ਮਾਮਲਾ ਜਿਹੜਾ ਕਾਂਗਰਸੀਆਂ ਨਾਲ ਜੁੜਦਾ ਵਾ, ਸੱਤਾਧਾਰੀ ਨੇ ਉਹ, ਤੇ ਬੇਵਕੂਫੀ ਵੀ ਗਿਣੀ ਜਾਊਗੀ ਜਿਹਨੇ ਪੈਸੇ ਦਿੱਤੇ ਆ ਚੁੱਕਿਆ। ਪਰ ਇੱਕ ਬੀਬੀ ਦਾ ਜ਼ਿਕਰ ਆ ਰਿਹਾ, ਬੀਬੀ ਦਾ ਜ਼ਿਕਰ ਆ ਰਿਹਾ ਕਿ ਉਹਦੇ ਤੋਂ 7 ਲੱਖ ਰੁਪਇਆ ਲੈ ਗਏ ਇਹ ਟਿਕਟ ਦਵਾਉਣ ਦੇ ਨਾਮ ਤੇ। ਉਹ ਬੀਬੀ ਅੱਗੇ ਚੋਣ ਹਾਰੀ ਆ, ਤੇ ਅਸੀਂ ਉਹਨੂੰ ਸੀਗਾ ਕਿ ਟਿਕਟ ਮੈਨੂੰ ਸ਼ਾਇਦ ਨਾ ਮਿਲੇ, ਤੇ ਇਹਨਾਂ ਨੇ ਆਖਿਆ ਕੋਈ ਗੱਲ ਬੀਬੀ ਜੀ ਕਰ ਦਿਆਂਗੇ ਬੰਦੋਬਸਤ। ਤੇ ਇਸ ਤਰ੍ਹਾਂ ਕਰਕੇ ਇਹ ਇਕੱਲਾ ਪ੍ਰਸ਼ਾਂਤ ਕਿਸ਼ੋਰ ਹੀ ਨਹੀਂ ਸੀ ਬਣਦੇ, ਇਹਨਾਂ ਦੇ ਵਿੱਚ ਇੱਕ ਬੰਦਾ ਮਵਿਕਰੀ ਦਾ ਮਾਸਟਰ ਹੈ, ਪੁਲਿਸ ਵਾਲੇ ਸੋਰਸ ਦੱਸਦੇ ਆ, ਹਾਲਾਂਕਿ ਖੁੱਲ ਕੇ ਨਹੀਂ ਗੱਲ ਦੱਸਦੇ। ਉਹ ਕਹਿੰਦੇ ਆ ਕਿ ਇੱਕ ਬੰਦਾ ਇਹਨਾਂ ਦਾ ਮਵਿਕਰੀ ਮਾਸਟਰ ਹੈ, ਮਤਲਬ ਜਿਵੇਂ ਆਵਾਜ਼ਾਂ ਨਹੀਂ ਕੱਢਦੇ ਆਪਣੇ, ਕਈ ਕਮੇਡੀਅਨ ਪੂਰੀ ਆਵਾਜ਼ ਕਰਦਾ, ਅਮਿਤਾਬ ਬੱਚਨ ਦੀ ਕੱਢਦੇ, ਫਲਾਣੇ ਦੀ ਕੱਢਦੇ, ਪੂਰੀ ਆਵਾਜ਼ ਮਵਿਕਰੀ ਮੈਨ, ਮਤਲਬ ਕਿ ਪਹਿਲਾਂ ਬਣਦੇ ਕਿ ਫਲਾਣੇ ਵਿਧਾਇਕ ਦਾ PA ਹੈ ਜੀ, ਮੁੜ ਕੇ ਵਿਧਾਇਕ ਨਾਲ ਗੱਲ ਕਰਾਈ ਜਾਂਦੀ ਹੈ, ਰਾਜਸਥਾਨ ਦਾ ਵਿਧਾਇਕ ਹੈ ਜੀ। ਉਹ ਕਹਿੰਦਾ ਜੀ ਹਾਂਜੀ ਆਪਣੇ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਗੁੱਡਵਿਲ ਹੈਗੀ ਆ, ਫਿਰ ਉਹਦੇ ਨਾਲ ਆਪਣੀ ਕੇਜਰੀਵਾਲ ਨਾਲ ਵੀ ਗੁੱਡਵਿਲ। ਇਸ ਤਰ੍ਹਾਂ ਮਤਲਬ ਕਿ ਇੱਕ ਪੂਰਾ ਡਾਟਾ ਇਕੱਠਾ ਕੀਤਾ ਜਾਂਦਾ ਪਹਿਲਾਂ ਫੇਸਬੁੱਕ ਪ੍ਰੋਫਾਈਲਾਂ ਤੋਂ ਜਾਂ ਹੋਰ ਵੱਖ ਵੱਖ ਜ਼ਰੀਏ ਜਿਹੜੇ, ਉਸ ਤੋਂ ਬਾਅਦ ਉਹਨਾਂ ਚੀਜ਼ਾਂ ਨੂੰ ਸਟੱਡੀ ਕਰਕੇ ਇੱਕ ਪੂਰੀ ਸਕ੍ਰਿਪਟ ਤਿਆਰ ਕਰ ਲਈ ਜਾਂਦੀ ਔਰ ਵਿਸ਼ਵਾਸ 'ਚ ਲੈ ਕੇ ਹੁਣ ਤੱਕ ਦੱਸਦੇ ਆ ਕਿ 5 ਕਰੋੜ ਇਹਨਾਂ ਨੇ ਨੇਤਾਵਾਂ ਤੋਂ ਠੱਗ ਲਿਆ। ਜਿਹੜੇ ਨੇਤਾ ਇਸ ਤਰ੍ਹਾਂ ਪੈਸੇ ਦੇ ਰਹੇ ਨੇ ਉਹਨਾਂ ਨੇ ਵਸੂਲ ਕਿਸ ਤਰ੍ਹਾਂ ਕਰਨੇ ਨੇ? ਤੁਸੀਂ ਦੇਖੋ ਕੰਡਕਟਰ ਲਿਖਦਾ ਹੁੰਦਾ ਨਾ ਬਕਾਇਆ ਕਿੰਨਾ ਟਿਕਟ ਦੇ ਪਿੱਛੇ, ਯਾਦ ਹੈ? ਤਾਂ ਇਹਨਾਂ ਨੇ ਤਾਂ ਪਹਿਲਾਂ ਹੀ ਬਕਾਇਆ ਲਿਖ ਲਿਆ ਹੁੰਦਾ ਕਿ ਪਬਲਿਕ ਤੋਂ ਇਹਨੇ ਅਸੀਂ ਲੈ ਰਹੇ ਹਾਂ ਹੁਣ, ਕਿਉਂਕਿ ਇਹਨੇ ਦੇ ਕੇ ਅਸੀਂ ਆ ਰਹੇ ਹਾਂ ਪਬਲਿਕ ਦੀ ਸੇਵਾ 'ਚ। ਉਹ ਜਿਹੜਾ ਕੰਡਕਟਰ ਵਾਲਾ ਬਕਾਇਆ ਤੂੰ ਵਸੂਲ ਕਰਨਾ। ਕਾਂਗਰਸ ਦਾ ਕਾਟੋ ਕਲੇਸ਼ ਸਿਖਰਾਂ 'ਤੇ ਹੈ ਹੁਣ,
ਫਰੀਦਕੋਟ ਦੇ ਵਿੱਚ ਆਡਾ ਲੱਗਣ ਦੀਆਂ ਖਬਰਾਂ ਆ ਰਹੀਆਂ ਨੇ, ਕੀ ਕਹਿਣਾ? ਹਾਂਜੀ ਹਾਂਜੀ, ਫਰੀਦਕੋਟ ਏਰੀਆ ਇੱਕ ਤਾਂ ਜਨਾਬ ਸਦੀਕ ਸਾਹਿਬ ਦਾ, ਸਦੀਕ ਸਾਹਿਬ ਤੁਹਾਨੂੰ ਪਤਾ ਹੀ ਆ, ਮੀਮ ਬੜੇ ਜ਼ਬਰਦਸਤ ਬਣਾਉਂਦੇ ਆ ਪੰਜਾਬੀ, ਮੀਮਸ ਬਣਦੇ ਆ ਜਦੋਂ ਵੀ ਕੋਈ ਹਾਸੇ ਠੱਠੇ ਵਾਲੀ ਗੱਲ ਹੁੰਦੀ ਆ। ਇੱਕ ਮੀਮ ਬਣਿਆ ਹੋਇਆ ਜਿਹਦੇ ਵਿੱਚ ਸਦੀਕ ਬੈਠਾ ਕੈਪਟਨ ਦੇ ਕੋਲ ਤੇ ਮੋਢਾ ਲੈ ਕੇ, ਤੇ ਕੈਪਟਨ ਕਹਿੰਦਾ ਕਿ ਸੀਤਾ ਫਲ ਖੜਾ, ਛੇਤੀ ਮੋਢਾ ਠੀਕ ਹੋ ਜੂ। ਉਸ ਤੋਂ ਬਾਅਦ ਸਦੀਕ ਸਾਹਿਬ ਜਿਹੜੇ ਆ ਉਹ ਪ੍ਰਗਟ ਵੀ ਹੋ ਜਾਂਦੇ ਆ ਸਕਰੀਨ ਤੇ, ਜਾਂ ਪਰਸੋਂ ਦੀ ਗੱਲ ਆ ਜਿਵੇਂ ਇਹਨਾਂ ਦਾ ਗਾਣਾ ਸੀ ਨਾ, ਹੋਰ ਸਾਰੇ ਅੰਗੀ ਸਾਖੀ ਸੁੱਖ ਵੀਰ ਨਾ, ਭਾਗ ਤੇ ਕੁਕਰ ਦਿੰਦੇ ਦੁੱਖ ਵੀਰ ਨਾ, ਏਦਾਂ ਇਹਨੇ ਧਾ ਜੀ ਮਾਰੀ ਸੀਗੀ ਕਿ ਲੋਹਰ ਹੀ ਦਿੰਦੇ ਦੁੱਖ ਵੀਰ ਨਾ ਕੈਪਟਨ ਨੂੰ। ਤੇ ਭਾਈ ਮੇਰੇ ਜੈਤੋ ਦੇ ਵਿੱਚ ਆ ਕੇ ਇਹਨਾਂ ਨੇ ਮਤਲਬ ਕਿ ਪ੍ਰਧਾਨ ਬਣਾ ਦਿੱਤਾ, ਕੌਂਸਲ ਵਗੈਰਾ ਜਿਹੜੀ ਅੱਜ ਕੱਲ੍ਹ ਚੱਲਦੀ ਪਈ ਹੈ ਇੱਥੋਂ ਸਰਗਰਮੀ ਦੀ। ਤੇ ਉਸ ਤੋਂ ਬਾਅਦ ਕਿੱਕੀ ਢਿੱਲੋਂ ਨੂੰ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਅਸਲ ਦੇ ਵਿੱਚ ਸਦੀਕ ਆਪਣੇ ਜਵਾਈ ਵਾਸਤੇ ਤੋਂ ਟਿਕਟ ਭਾਲਦਾ, ਹੋਰ ਕੋਈ ਗੱਲ ਨਹੀਂ ਹੈ। ਇਹਨੇ ਕਿੱਕੀ ਨੂੰ ਆਖਿਆ ਸੀਗਾ ਕਿ ਬਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ, ਉਹਨੇ ਵੀ ਜਵਾਬ ਦੇ ਦਿੱਤਾ। ਹੁਣ ਮਤਲਬ ਕਿ ਇਹਦੇ ਖਿਲਾਫ਼ ਉਹ ਮੋਰਚਾਬੰਦੀ ਜਿਹੜੀ ਆ ਸ਼ੁਰੂ ਕਰਵਾ ਦਿੱਤੀ ਗਈ ਆ ਕਿ ਮੁਹੰਮਦ ਸਦੀਕ ਜਿਹੜਾ ਹੈ ਜੀ ਉਹ ਐਵੇਂ ਬਿਨਾਂ ਗੱਲ ਤੋਂ ਰੌਲਾ ਪਾਈ ਜਾਂਦਾ, ਕੋਈ ਦਖਲ ਅੰਦਾਜ਼ੀ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ। ਉਹ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਦੇਖ ਲਓ ਕਿ ਉਤਲੇ ਪੱਧਰ ਤੇ ਤਾਂ ਸਾਡੇ ਬੰਦੀ ਹੈਗੀ ਹੈਗੀ ਆ, ਹੇਠਲੇ ਪੱਧਰ ਤੇ ਜੈਤੋ ਕੌਂਸਲ ਕਿੱਡੀ ਕੁ ਹੋਏ ਵੀ ਸਾਡੇ ਲਾਗੇ ਹੀ ਆ। ਜੈਤੋ ਇੱਕ ਮਤਲਬ ਕਿ ਛੋਟਾ ਜਿਹਾ ਸ਼ਹਿਰ ਆ, ਵੱਡਾ ਸਾਰਾ ਪਿੰਡ ਲਾ ਸਕਦੇ ਆ, ਤੇ ਉਹਦੇ ਚ ਇਸ ਤਰ੍ਹਾਂ ਦੀ ਦੁਫੇੜ ਆ। ਜਦ ਇਲੈਕਸ਼ਨ ਨੇੜੇ ਹੋਵੇ, ਜਦ ਇਸ ਤਰ੍ਹਾਂ ਦਾ ਸਾਰਾ ਇੱਕ ਤੁਹਾਡਾ ਕੀਤਾ ਕਰਾਇਆ ਤੁਹਾਡੇ ਸਾਹਮਣੇ ਹੋਵੇ, ਰਿਪੋਰਟ ਕਾਰਡ ਚ ਹੋਵੇ ਕਿ ਪੱਲੇ ਕੱਖ ਹੀ ਨਹੀਂ ਆ ਤੁਹਾਡੇ, ਤਾਂ ਉਸ ਤੋਂ ਬਾਅਦ ਉਤਲੇ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਇਸ ਤਰ੍ਹਾਂ ਦਾ ਕਾਂਟੋ ਕਲੇਸ਼ ਹੋਵੇ, ਤਾਂ ਮੈਨੂੰ ਲੱਗਦਾ ਆ ਕਿ ਐਤਕੀ ਦਿੱਲੀ ਦੂਰ ਨਹੀਂ, ਐਤਕੀ ਵਾਹਵਾ ਦੂਰ ਲੱਗਦੀ ਆ ਕਿ ਜਿਸ ਤਰ੍ਹਾਂ ਦਾ ਇਹਨਾਂ ਦਾ ਹਾਲ ਬਣਿਆ ਪਿਆ। ਉੱਦਾਂ ਇਹ ਲੜਦੇ ਹੁੰਦੇ ਆ, ਜਿਵੇਂ ਕੁਛ ਬੰਦਿਆਂ ਦੀ ਆਦਤ ਹੁੰਦੀ ਹੈ ਨਾ, ਵਿਆਹ 'ਚ ਜਾ ਕੇ ਉਹਨਾਂ ਛਿੱਤਰ ਖਾਣੇ ਆ ਜਾਂ ਛਿੱਤਰ ਮਾਰਨੇ ਆ। ਪੁਰਾਣੇ ਸਮਿਆਂ 'ਚ ਜਿਹੜੇ ਬੜੇ ਕੁਛ ਬੰਦੇ ਇਸ ਤਰ੍ਹਾਂ ਦੇ ਹੁੰਦੇ ਸੀ, ਅੱਥਰੇ ਟਾਈਪ, ਪੀ ਖਾ ਕੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਹੀ ਦੇਣਾ, ਡਰਾਮਾ ਸ਼ੁਰੂ ਕਰ ਹੀ ਦੇਣਾ। ਤਾਂ ਇਹੀ ਹਾਲ ਆ ਕਿ ਇਹਨਾਂ ਦੇ ਵਿੱਚ ਵੀ ਜੇ ਆਪਾਂ ਦੇਖੀਏ, ਇਹਨਾਂ ਦੇ ਵਿੱਚ ਵੀ ਇੱਕ ਇਹ ਫਿਤਰਤ ਹੈ ਕਾਂਗਰਸ ਦੇ ਵਿੱਚ ਖਾਸ ਤੌਰ ਤੇ, ਕਿ ਚਾਹੇ ਓਪੋਜੀਸ਼ਨ 'ਚ ਹੋਣ ਚਾਹੇ ਇਹ ਸੱਤਾ 'ਚ ਹੋਣ, ਜਿਵੇਂ ਇਲੈਕਸ਼ਨ ਨੇੜੇ ਆਏਗਾ ਇਹ ਤਾਂ ਇੱਥੋਂ ਤੱਕ ਵੀ ਚਲੇ ਜਾਂਦੇ, ਕਈ ਵਾਰ ਆਪਦੇ ਸਾਥੀ ਦੇ ਚਪੇੜ ਮਾਰ ਦਿੰਦੇ ਆ, ਆਪਦੇ ਸਾਥੀਆਂ ਦੀਆਂ ਪੱਗਾਂ ਲਾ ਦਿੰਦੇ ਆ। ਸਾਡੇ ਸਾਹਮਣੇ ਲੰਬੀ ਕੁਰਸੀਆਂ ਤੋਂ ਲੜ ਪਏ ਕੈਪਟਨ ਦੇ ਮਤਲਬ ਕਿ ਆਉਣ ਤੋਂ 5 ਮਿੰਟ ਪਹਿਲਾਂ, ਜਾਖੜ ਦੇ ਸਾਹਮਣੇ ਇੱਕ ਦੂਜੇ ਦੀਆਂ ਪੱਗਾਂ ਲਾ ਦੀਆਂ, ਮੁੜ ਕੇ ਜੱਫੀਆਂ ਆਉਂਦੇ ਬੰਦੇ। ਹੈਲੋ, ਥੈਂਕ ਯੂ। ਮਤਲਬ ਜੈਤੋ ਦੀ ਗੱਲ ਚੱਲੀ ਤਾਂ ਫਿਰ ਇਸ ਸਾਰੀ ਘਟਨਾ ਕਰਨ ਤੇ ਜੈਤੋ ਵਾਲਾ ਤਾਰੀ ਵੀ ਜਿਹੜਾ ਹੈ ਉਹ ਚੇਤੇ ਆ ਗਿਆ, ਗੀਤਾਂ ਦੇ ਵਿੱਚ ਉਹਦਾ ਜ਼ਿਕਰ ਵੀ ਹੁੰਦਾ ਹੁੰਦਾ ਸੀਗਾ। ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।